ਦੋਸਤੋ ਪੰਜਾਬ ਦੀ ਨਮੀ ਨਮੀ ਜੋਬਸ ਅਪਡੇਟ ਲੈਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਐਂਡ ਇੱਕ WhatsApp ਗਰੁੱਪ ਜਿਹੜਾ ਕਿ ਵੀਡੀਓ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਮਿਲ ਜਾਵੇਗਾ ਠੀਕ ਹੈ ਉਹ ਗਰੁੱਪ ਜੁਆਇਨ ਕਰ ਲਓ ਉਸ ਵਿੱਚ ਜੋਬ ਰਿਲੇਟਡ ਪ੍ਰੋਪਰ ਇਨਫੋਰਮੇਸ਼ਨ ਤੁਹਾਨੂੰ ਮਿਲਦੀ ਰਹਿੰਦੀ ਹੈ ਠੀਕ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ 트리플 SSBB ਬੋਰਡ ਵੱਲੋਂ ਆਈ ਨਵੀਂ ਜੋਬ ਰਿਕਰੂਟਮੈਂਟ ਦੇ ਇੱਥੇ ਆਪਾਂ ਚੈੱਕ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਇੱਥੇ ਨੋਟ ਕਰ ਲਓ ਇਸ ਪੋਸਟਾਂ ਨੂੰ ਅਪਲਾਈ ਕਰਨ ਦੀ ਲਾਸਟ ਡੇਟ ਕਿਹੜੀ ਹੈ 30 12 2022 ਠੀਕ ਹੈ ਮਤਲਬ ਆਪਣੇ ਕੋਲ ਆਲਮੋਸਟ ਥੋੜਾ ਹੀ ਟਾਈਮ ਹੈ 5 ਵਜੇ ਤੱਕ ਆਪਾਂ ਅਪਲਾਈ ਕਰ ਦਾਂਗੇ ਕੱਲ ਤੋਂ ਇਹ ਫਾਰਮ ਅਪਲਾਈ ਹੋਣਾ ਸਟਾਰਟ ਹੋ ਜਾਣਗੇ ਠੀਕ ਹੈ ਪੋਸਟਾਂ ਬਾਰੇ ਗੱਲ ਕਰੀਏ ਤਾਂ ਗਰੁੱਪ ਸੀ ਦੀਆਂ ਪੋਸਟਾਂ ਨੇ ਇੱਥੇ ਆਪਾਂ ਚੈੱਕ ਕਰ ਸਕਦੇ ਆ ਤੇ ਇੱਕ ਵਾਰੀ ਤੁਹਾਨੂੰ ਮੈਂ ਮਾਰਕ ਕਰਕੇ ਵੀ ਦਿਖਾ ਦੇਣਾ ਤੇ ਗਰੁੱਪ ਸੀ ਦੀਆਂ ਪੋਸਟਾਂ ਨੇ ਇੱਥੇ ਆਪਾਂ ਚੈੱਕ ਕਰ ਸਕਦੇ ਆ ਠੀਕ ਹੈ ਇਸ ਤੋਂ ਬਾਅਦ ਆਪਾਂ ਮੇਨ ਮੇਨ ਗੱਲਾਂ ਇਸ ਵਿੱਚ ਡਿਸਕਸ ਕਰ ਲਈਆਂ ਬਾਕੀ ਇਸ ਨੋਟੀਫਿਕੇਸ਼ਨ ਦਾ ਲਿੰਕ ਵੀ ਤੁਹਾਨੂੰ ਮੈਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਉੱਤੇ ਜਾ ਕੇ ਇੱਕ ਵਾਰੀ ਡਾਊਨਲੋਡ ਕਰਕੇ ਚੰਗੀ ਤਰ੍ਹਾਂ ਰੀਡ ਕਰਕੇ ਆਪਣੀ ਐਲੀਜੀਬਿਲਟੀ ਦੇ ਅਕੋਰਡਿੰਗ ਇਸ ਫਾਰਮ ਨੂੰ ਫਿਲ ਜ਼ਰੂਰ ਕਰਨਾ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਡਾਇਰੈਕਟ ਆਪਾਂ ਕਿੰਨੀ ਕਿਹੜੀ ਕਿਹੜੀ ਵਕੈਂਸੀ ਜਿਹਨੇ ਉਸ ਬਾਰੇ ਆਪਾਂ ਗੱਲ ਕਰ ਲਈਏ ਠੀਕ ਹੈ ਸਭ ਤੋਂ ਪਹਿਲੀ ਪੋਸਟ ਦੀ ਗੱਲ ਕਰੀਏ ਸਹਾਇਕ ਖਜ਼ਾਨਚੀ ਦੀ 13 ਪੋਸਟਾਂ ਨੇ ਇਹ ਇੱਥੇ ਆਪਾਂ ਚੈੱਕ ਕਰ ਲਈਏ 13 ਪੋਸਟਾਂ ਨੇ ਤੇ ਇਸ ਵਾਸਤੇ ਕੀ ਡਿਮਾਂਡ ਕੀਤੀ ਹੈ ਫਰਸਟ ਕਲਾਸ میٹرਿਕ ਔਰ ਗ੍ਰੈਜੂਏਟ ਠੀਕ ਹੈ ਗ੍ਰੈਜੂਏਟ ਵਿਦ ਮੈਥਮੈਟਿਕ ਠੀਕ ਹੈ ਜੇ ਮੈਥ ਵਿੱਚ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਤਾਂ ਇਸ ਪੋਸਟ ਲਈ ਐਲੀਜੀਬਲ ਹੋ ਇਸ ਤੋਂ ਇਲਾਵਾ ਵਿਭਾਗ ਨੰਬਰ B ਵਿੱਚ ਆਪਾਂ ਗੱਲ ਕਰਦੇ ਡਾਇਰੈਕਟਰ ਸੱਭਿਆਚਾਰਕ ਮਾਮਲੇ ਪੰਜਾਬ ਦੀਆਂ ਕਾਫੀ ਪੋਸਟਾਂ ਨੇ ਗੈਲਰੀ ਸਹਾਇਕ ਤੇ ਫੀਲਡ ਆਰਟਿਸਟਾਂ ਤੇ ਬਾਕੀ ਤੁਸੀਂ ਇੱਕ ਵਾਰੀ ਇੱਥੇ ਚੰਗੀ ਤਰ੍ਹਾਂ ਰੀਡ ਕਰ ਲਓ ਠੀਕ ਹੈ ਇਸ ਵਾਸਤੇ ਕਿਸੇ ਕਿਸੇ ਪੋਸਟ ਵਾਸਤੇ ਗ੍ਰੈਜੂਏਟ ਕੈਂਡੀਡੇਟ ਮੰਗਿਆ ਗਿਆ ਕਿਸੇ ਵਾਸਤੇ BSC ਜੂਲੋਜੀ ਵਿੱਚ ਮੰਗਿਆ ਗਿਆ ਕਿਸੇ ਬਾਕੀ ਜੇ ਤੁਸੀਂ ਕਿਸੇ ਵੀ ਪੋਸਟ ਵਿੱਚ ਇੰਟਰਸਟਿਡ ਹੋ ਤਾਂ ਉਸ ਦਾ ਨਾਮ ਵੀਡੀਓ ਦੇ ਕਮੈਂਟ ਵਿੱਚ ਲਿਖ ਦਿਓ ਠੀਕ ਹੈ ਉਸ ਦੇ ਰਿਗਾਰਡਿੰਗ ਮੈਂ ਤੁਹਾਨੂੰ ਪੂਰੀ ਇਨਫਰਮੇਸ਼ਨ ਕਮੈਂਟ ਵਿੱਚ ਹੀ ਰਿਪਲਾਈ ਕਰਕੇ ਦੇ ਦੇਵਾਂਗਾ ਠੀਕ ਹੈ